ਡਰੋਨ ਦੇ ਨਾਲ ਪੁਲਿਸ ਮਦਦ ਲੈ ਰਹੀ ਹੈ ਲੁਧਿਆਣਾ ਪੁਲਿਸ, ਅਤੇ ਡਰੋਨ ਦੇ ਨਾਲ ਪੂਰੀ ਓਕੇ ਇਹਨਾਂ ਨੂੰ ਟੱਕਰਾਂ ਮਾ ਆਪਾਂ ਅੰਦਰ ਰੇਲ ਤੋਂ ਵਾਲਾ ਪਰਮਾ ਏਰੀਆ ਕਰਨਾ ਸ਼ੁਰੂ ਹੋ ਗਿਆ ਸ਼ਿਮਲਾ ਪੁਰੀ ਤੱਕ ਪਰਮਾ ਕਰ ਲੁਧਿਆਣਾ ਪੁਲਿਸ ਕਮਿਸ਼ਨਰੇਟ ਅਤੇ ਸਾਡੇ ਕਮਿਸ਼ਨਰ ਆਫ ਪੁਲਿਸ ਸ਼੍ਰੀ ਰਾਕੇਸ਼ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ 'ਤੇ ਅੱਜ 15 ਡਰੋਨ ਸਰਵੇਲੈਂਸ ਟੀਮ ਜੋ ਹੈ ਲੁਧਿਆਣਾ ਕਮਿਸ਼ਨਰੇਟ ਏਰੀਏ 'ਤੇ ਏਅਰ ਸਰਵੇਲੈਂਸ ਕਰ ਰਹੀ ਹੈਗੀ ਹੈ। ਕਰਫਿਊ ਜੋ ਲੱਗਿਆ ਹੋਇਆ ਹੈ ਉਹਦੀ ਕਿੱਥੇ ਕਿੱਥੇ ਜੋ ਹੈ ਇਨਫੋਰਸਮੈਂਟ ਠੀਕ ਹੈ, ਕਿੱਥੇ ਲੋਕ ਜੋ ਇਨਫੋਰਸਮੈਂਟ ਨਹੀਂ ਜੋ ਕਰ ਰਹੇ ਹੈਗੇ ਉਹ ਅਸੀਂ ਰੀਅਲ ਟਾਈਮ 'ਤੇ ਉਸਨੂੰ ਚੈੱਕ ਕਰ ਰਹੇ ਹਾਂ। ਨਹੀਂ, ਸਟਿਲ ਵੀ ਆਰ ਡੂਇੰਗ ਏਅਰ ਸਰਵੇਲੈਂਸ, ਵਿਲ ਟੇਕ ਐਕਸ਼ਨ ਐਜ ਪਰ ਦ ਫੀਲਡ। ਅੱਜ 15 ਡਰੋਨਸ ਜੋ ਹੈ ਡਰੋਨ ਸਰਵੇਲੈਂਸ ਟੀਮ ਜੋ ਹੈ ਕਰ ਰਹੀ ਹੈ। ਹਾਂ, ਜੋ ਰਿਹਾਇਸ਼ੀ ਏਰੀਆ 'ਤੇ ਜਿੱਧਰ ਪਾਪੂਲੇਸ਼ਨ ਜ਼ਿਆਦਾ ਹੈਗੀ ਹੈ ਉਹਦਾ ਉਹਦੇ ਲਈ ਸਪੈਸੀਫਿਕਲੀ ਜੋ ਹੈ ਇਹ ਡਰੋਨਸ ਦੀ ਸਰਵੇਲੈਂਸ ਦਾ ਰੱਖਿਆ ਗਿਆ। ਮੈਂ ਲੁਧਿਆਣਾ ਕੇ ਲੋਕੋਂ ਸੇ ਯਹੀ ਅਪੀਲ ਕਰੂੰਗਾ ਕਿ ਪੁਲਿਸ ਪ੍ਰਸ਼ਾਸਨ ਕੋ ਇਸਮੇ ਪੂਰਾ ਸਹਿਯੋਗ ਕਰੇ, ਜੋ ਕਰਫਿਊ ਜੋ ਇੰਪੋਜ਼ ਕੀਆ ਹੋਇਆ ਹੈ ਇਸਮੇ ਜੋ ਹੈ ਉਸਕੋ ਕੋਈ ਵਾਇਲੇਟ ਨਾ ਕਰੇ, ਉਸ ਬਾਤ ਕੋ ਸਮਝੇ, ਘਰ ਸੇ ਬਾਹਰ ਨਾ ਨਿਕਲੇ, ਅਗਰ ਅਨਨੈਸੈਸਰੀ ਕੋਈ ਮੂਵਮੈਂਟ ਕਰੇਂਗੇ ਤੋ ਵਿਲ ਟੇਕ ਸਟ੍ਰਿਕਟ ਐਕਸ਼ਨ।